91 ਚਾਕੇ ਸਾਧ ਕਾ ਬਾਦ ਨਾਲ 91 ਚੱਕ ਮੈਂ 92-95 ਪੜ੍ਹਦਾ ਹੁੰਦਾ ਸਾਂ ਅਤੇ 91 ਚਾਕੇ 'ਚ ਮੇਰੇ ਵਾਲਿਦ ਸਾਹਿਬ ਇਮਾਮਤ ਕਰਦੇ ਹੁੰਦੇ ਸਨ ਅਤੇ ਮੈਂ ਇੱਕ ਦਿਨ 90 ਨੂੰ ਆਖਿਆ ਅੱਬਾ ਤੂੰ ਜਮੇਰਾਤ ਜਾਂਦਾ ਹੈ ਜਾ ਕੇ ਲੋਕਾਂ ਦੇ ਘਰ ਜਾ ਕੇ ਖਤਮ ਦੇਣਾ ਹੈ ਅਤੇ ਉੱਥੇ ਜਾ ਕੇ ਖੀਰ ਤੂੰ ਖਾਣਾ ਸਾਰੇ ਵਾ ਸਾਡੇ ਵਾਸਤੇ ਕੁਛ ਵੀ ਨਹੀਂ ਮੈਂ ਕਿਹਾ ਨਾ ਮੇਰਾ ਪੁੱਤਰ ਜਿਹੜੀ ਸ਼ੈ ਹੁੰਦੀ ਹੈ ਮੈਂ ਚਾਹ ਤਾਂ ਤੁਹਾਡੇ ਵਾਸਤੇ ਦਿੰਦਾ ਮੇਰਾ ਪੁੱਤਰ ਨਾ ਮੇਰਾ ਬੱਚਾ ਚੁੱਪ ਮੈਂ ਨਾ ਇਹ ਗੱਲ ਨਹੀਂ ਹੋ ਸਕਦੀ ਖੀਰ ਤੂੰ ਖਾਵੇਂ ਦੁੱਧ ਤੂੰ ਪੀ ਆਵੇਂ ਮੈਂ ਕਿ ਮੇਰਾ ਪੁੱਤਰ ਐਵੇਂ ਕਰੀ ਜਦੋਂ ਮੈਂ ਜਾਵਾਂ ਨਾ ਤੂੰ ਦਰਵਾਜ਼ੇ ਦੇ ਵਿੱਚ ਖੜਾ ਹੋ ਕੇ ਐਵੇਂ ਝਾਤੀ ਮਾਰੀ ਮੈਂ ਸਮਝ ਜਾਵਾਂਗਾ ਕਿ ਮੇਰਾ ਪੁੱਤਰ ਆ ਗਿਆ ਆ ਗਿਆ ਅਤੇ ਖਤਮ ਦੇ ਵਿੱਚ ਹੀ ਮੈਂ ਤੈਨੂੰ ਗੱਲ ਕਰ ਦੇਣੀ ਹੈ ਮੇਰਾ ਪੁੱਤਰ ਮੈਂ ਕਿ ਵਾਹ ਮੇਰਾ ਮਾਂ ਮੇਰਾ ਅੱਬਾ ਠੀਕ ਹੈ ਜੀ ਮੈਂ ਦਰਵਾਜ਼ੇ ਵਿੱਚ ਜਾ ਕੇ ਮੈਂ ਲੋਕਾਂ ਨਾਲ ਝਾਤੀ ਮਾਰੀ ਮੈਂ ਕਿਹਾ ਅੱਬਾ ਵੀ ਮੈਨੂੰ ਵੇਖ ਲਵੇ ਮੈਂ ਅੱਬੇ ਨੂੰ ਵੇਖਿਆ ਅੱਬੇ ਨੇ ਮੇਰੇ ਵੱਲ ਵੇਖਿਆ ਔਰ ਉਦੋਂ ਪੱਕਿਆ ਕੀ ਹੋਇਆ ਸੀ ਸਾਗ ਪੱਕਿਆ ਹੋਇਆ ਸੀ ਅਤੇ 2 ਰੋਟੀਆਂ ਮੱਕੀ ਦੀਆਂ ਸਨ ਤੇ ਉਹਨੇ ਖਤਮ ਦੇ ਵਿੱਚ ਹੀ ਪੜਿਆ 2 ਰੋਟੀਆਂ ਮੱਕੀ ਦੀਆਂ ਤੇ ਉੱਤੇ ਚੀਰ ਮਚੀਰ ਦੌੜ ਜਾ ਪੁੱਤ ਅਬਦਰ ਮਾਨਾ ਇੱਥੇ ਨਹੀਂ ਓ ਖੀਰ